CEN News, देश प्रदेश की ताजा तरीन खबरों के लिए CEN News को सब्सक्राइब करें और रहें पल पल की खबर से हर पल बाखबर। नमस्कार, मैं हूं राज पांडे, आप देख रहे हैं CEN News। आइए देखते हैं आज की खास खबर। अभी अभी पूरे भारत में हैदराबाद में हुए प्रियंका रेड्डी कांड की आग भी ठंडी नहीं हो पाई थी कि तरन तारण जिले में एक और दिल दहला देने वाली घटना सामने आई है, जिसमें अनूप सिंह नामक नौजवान की पहले तेजधार हथियारों से मारपीट हुई, उसके बाद उसे जला दिया गया। बताया जा रहा है कि अनूप सिंह, जिसकी उम्र 26 से 27 साल के करीब थी, अमृतसर के वाहे गुरु सिटी गेट हकीमा का रहने वाला था। मेरा नाम नैन्सी। जिन्हां दी डेथ हुई है तुहाडे कौन लगदे सी? मेरा भरा अनूप सिंह दिल्ली जा रहा सी। ਤੇ ਉਹ ਕਿਸ ਤਰ੍ਹਾਂ ਕੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ? ਕਿਸ ਤਰ੍ਹਾਂ ਸਾਨੂੰ ਸਵੇਰੇ ਫੋਨ ਆਇਆ ਤੇ ਪਤਾ ਲੱਗਿਆ ਕਿ ਹਰੀਕੇ ਥਾਣੇ ਤੋਂ ਬੋਲਦੇ ਪਿਆ, ਤੁਹਾਡਾ ਭਰਾ ਅਨੂਪ ਸਿੰਘ ਕੀ ਕਰਦਾ, ਤੁਹਾਡੇ ਕੋਲ ਕਿਹੜੀ ਗੱਡੀ ਗਈ, ਉਹਦੀ ਗੱਡੀ ਗ੍ਰੇ ਰੰਗ ਦੀ ਗਈ, ਸ਼ੈਵਰਲੇਟ। ਫਿਰ ਪਤਾ ਚੱਲਿਆ ਕਿ ਉਹ ਕਹਿੰਦੇ ਕਿ ਤੁਸੀਂ ਜਲਦੀ ਇੱਥੇ ਆ ਜਾਓ, ਉਹਨਾਂ ਨੇ ਬਸ ਕਿਹਾ ਤੁਸੀਂ ਜਲਦੀ ਤੋਂ ਜਲਦੀ ਇੱਥੇ ਪਹੁੰਚੋ, ਅਸੀਂ ਪ੍ਰਸ਼ਾਸਨ ਕੋਲ ਇਨਸਾਫ ਦੀ ਮੰਗ ਕਰਦੇ ਹਾਂ। ਮੇਰਾ ਨਾਮ ਬਲਜੀਤ ਕੌਰ ਹੈ, ਮੇਰਾ ਦੋਤਰਾ ਸੀ, ਮੇਰੀ ਬੇਟੀ ਦਾ ਬੇਟਾ ਹੈ। ਜਿਸ ਸਾਲ ਹਾਲਾਤਾਂ ਨਾਲ ਉਸ ਬੱਚੇ ਦੇ ਨਾਲ ਜ਼ੁਲਮ ਹੋਇਆ, ਜਿਸ ਬੱਚੇ ਦੇ ਹਾਲਾਤ ਇੰਨੇ ਖਰਾਬ ਕੀਤੇ ਗਏ ਨੇ, ਅਸੀਂ ਮਤਲਬ ਚਾਹੁੰਦੇ ਹਾਂ ਕਿ ਦੋਸ਼ੀਆਂ ਨੂੰ ਇੰਨੀ ਕੁ ਸਜ਼ਾ ਮਿਲੇ, ਉਹਨਾਂ ਨੂੰ ਫਾਂਸੀ ਦੇ ਤੱਤੇ ਤੱਕਣ ਚੜਾਉਣਾ ਚਾਹੀਦਾ। ਅਗਰ ਉਹ ਨਹੀਂ ਇਨਸਾਫ ਦੇਣਗੇ ਤਾਂ ਅਸੀਂ ਖੁਦ ਸਰਵਾਸਨ ਦੇ ਕੋਲ ਤੱਕ ਅੰਦੋਲਨ ਕਰਕੇ ਆਪਣੀ ਮੰਗ ਰੱਖਾਂਗੇ ਕਿ ਸਾਡੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ। ਬਿਲਕੁਲ ਢਿੱਲੀ ਕਾਰਵਾਈ ਹੈ, ਅਗਰ ਇਹ ਵਾਰਦਾਤਾਂ ਹੋ ਰਹੀਆਂ, ਜੋ ਕੁਛ ਵੀ ਹੋ ਰਿਹਾ, ਇਹ ਪ੍ਰਸ਼ਾਸਨ ਦੇ ਕਰਕੇ ਹੋ ਰਿਹਾ, ਪੁਲਿਸ ਦੀ ਮਤਲਬ ਆਪਣੀ ਮਿਲੀ ਭਗਤ ਹੈ ਸਭ ਕੁਛ। ਮੈਂ ਤਾਂ DSP ਸਾਹਿਬ ਨੂੰ ਵੀ ਮਤਲਬ ਜਾ ਕੇ ਗੱਲ ਹੈ, ਫੋਨ ਦੇ ਉੱਤੇ ਗੱਲ ਕੀਤੀ ਹੈ, ਮੈਂ ਕਿਹਾ ਜੋ ਕੁਛ ਹੋ ਰਿਹਾ ਗੱਲ ਗਲਤ ਹੋ ਰਿਹਾ। ਕਵਲਜੀਤ ਨਾਲ ਮੇਰੀ ਗੱਲ ਹੁਣੇ ਹੋਈ ਹੈ, DSP ਜਿਹੜੇ ਜੇਲ੍ਹ 'ਚ ਲੱਗੇ ਹੋਏ ਨੇ, ਮੈਂ ਕਿਹਾ ਇਹਨਾਂ ਨੂੰ ਸਾਨੂੰ ਮੰਗ ਗਿਆ ਹੋਈ ਹੈ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਿੰਨਾ ਚਿਰ ਅਸੀਂ ਉਹਨਾਂ ਨੂੰ ਫਾਂਸੀ ਦੇ ਤਖ਼ਤੇ 'ਤੇ ਨਹੀਂ ਵੇਖ ਸਕਦੇ, ਉਹਨਾਂ ਅਸੀਂ ਸਾਨੂੰ ਕੋਈ ਚੈਨ ਮਾਂ ਨੂੰ ਨਹੀਂ ਆਉਣਾ, ਭੈਣਾਂ ਨੂੰ ਨਹੀਂ ਆਉਣਾ, ਭਰਾਵਾਂ ਨੂੰ ਨਹੀਂ ਆਉਣਾ, ਕਿਸੇ ਦੋਸ਼ ਨੂੰ ਨਹੀਂ ਆਉਣਾ। ਅਸੀਂ ਕਹਿੰਦੇ ਜਿਨ੍ਹਾਂ ਨੇ ਮੰਗ ਸਾਡੇ ਬੱਚੇ ਨਾਲ ਕੀਤਾ, ਰੱਬ ਉਹਨਾਂ ਨੂੰ ਇੰਨਾ ਕੁ ਬੁਰਾ ਕਰੇ, ਇੰਨਾ ਕੁ ਬੁਰਾ ਕਰੇ ਕਿ ਜਿਹੜੇ ਦੁਨੀਆਂ 'ਚ ਮੁੜ ਕੇ ਡਰੇ। ਮੇਰਾ ਨਾਮ ਗੁਰਿੰਦਰ ਸਿੰਘ ਲਵਲੀ, ਮੈਂ ਕਲੋਨੀ ਦੇ ਨਾਲ ਪ੍ਰਧਾਨ, ਇੱਥੋਂ ਵਾਹਿਗੁਰੂ ਸਿਟੀ ਦੇ ਵਿੱਚ ਹੈਗਾ ਜੀ। ਅਤੇ ਸਾਨੂੰ ਸਾਡੇ 10:15 ਵਜੇ ਨਾਲ ਅਮਨ ਭਾਅ ਜੀ ਅਤੇ ਅਨਿਲ ਗੁਆਂਢੀ ਅਨੂਪ ਸਿੰਘ ਉਹਨਾਂ ਦੇ, ਉਹ ਆਏ ਨੇ ਮੇਰੇ ਕੋਲ ਕਿ ਇਸ ਤਰ੍ਹਾਂ ਅਨੂਪ ਭਾਅ ਜੀ ਦੇ ਉੱਥੇ ਮਤਲਬ ਕਿ ਐਕਸੀਡੈਂਟ ਹੋ ਕੇ ਗੱਡੀ ਸੜ ਗਈ ਇੱਥੇ, ਅਤੇ ਉੱਥੇ ਮਤਲਬ ਕਿ ਜਾ ਰਹੇ ਹਾਂ ਆਪਾਂ, ਹਰੀਕੇ ਪਤਨ ਜਾ ਰਹੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਉਹ ਇੱਥੋਂ ਨਿਕਲ ਗਏ ਨੇ, ਅਨਿਲ ਜੀ ਅਤੇ ਅਮਨ ਜੀ ਚਲ ਗਏ ਨੇ, ਅਤੇ ਉਹਨਾਂ ਦਾ ਫੋਨ ਆਇਆ ਸਾਨੂੰ ਉੱਥੋਂ ਕਿ ਉਹ ਹਰੀਕੇ ਪਤਨ ਤੋਂ ਪੱਟੀ ਵਾਲੀ ਰੋਡ ਦੇ ਉੱਤੇ 5-6 ਕਿਲੋਮੀਟਰ ਦੂਰ, ਅਤੇ ਕਹਿੰਦੇ ਕਿ ਉਹਨਾਂ ਦੀ ਕਾਰ ਇੱਕ ਰੋਡ 'ਤੇ ਸਾਈਡ 'ਤੇ ਲੱਗੀ ਹੋਈ ਸੀ, ਅਤੇ ਲਾਗੇ ਬੋਡੀ ਦੇ ਥੜੇ ਬਹੁਤ ਜ਼ਰਾ ਨਿਕਲੇ ਹੋਏ ਸੀ, ਖੂਨ ਬਲੱਡ ਵਗੈਰਾ, ਅਤੇ ਇੱਕ ਸਾਈਡ 'ਤੇ ਰੱਖ ਕੇ ਗੱਡੀ ਬੋਡੀ ਨੂੰ ਸਾੜਤਾ ਉਹਨੇ, ਪੈਟਰੋਲ ਪਾ ਕੇ ਸੜੀ ਪਈ ਜਲ ਹੋਈ, ਅਤੇ ਉਹ ਬੋਡੀ ਜਿਹੜੀ ਹੈਗੀ ਆ ਪੁਲਿਸ ਇਨਕੁਆਇਰੀ ਕਹਿੰਦੇ ਕਰਦੀ ਪਈ, ਉੱਥੇ ਫੋਰਮੈਲਿਟੀਆਂ ਸਾਰੀਆਂ ਹੋ ਰਹੀਆਂ ਨੇ, ਅਤੇ ਉਹ ਗੱਡੀ ਉਹਨਾਂ ਦੀ ਇਲਾਜ ਉਹ ਪੱਟੀ ਹੋਸਪਿਟਲ 'ਚ ਲੈ ਕੇ ਚੱਲਦੇ ਹੋਏ। ਕੀ ਨਾਮ ਸੀ?